ਸਿਮਰਨ ਕਰਨਾ ਕਿਉਂ ਜ਼ਰੂਰੀ ਹੈ ਤੇ ਸਿਮਰਨ ਕੀ ਹੈ ਇਸ ਤੇ ਉੱਪਰ ਬਹੁਤ ਲੋਕਾਂ ਦੇ ਬੜੇ 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 ਲਿਖਿਆ ਹਨ ਜਿਸ ਕਰਕੇ ਬਹੁਤ ਸਾਰੇ ਲੋਕ ਭਟਕ ਜਾਂਦੇ ਹਨ ਸਿਮਰਨ ਯਾਦ ਕਰਨ ਨੂੰ ਕਹਿੰਦੇ ਹਨ ਥੀਤੇ ਕਰਨ ਨੂੰ ਕਹਿੰਦੇ ਹਨ ਅਸੀਂ ਕਿਸੇ ਚੀਜ਼ ਨੂੰ ਯਾਦ ਕਰਦੇ ਹਾਂ ਤੇ ਬਾਰ-ਬਾਰ ਉਹਨੂੰ ਰਿਪੀਟਿਸ਼ਨ ਕਰਦੇ ਹਾਂ ਲੇਕਿਨ ਗੁਰਮਤਿ ਚ ਰਿਪੀਟਿਸ਼ਨ ਇਸ ਲਈ ਹਰ ਟਾਈਮ ਜ਼ਰੂਰੀ ਹੈ ਬਾਕੀ ਚੀਜ਼ਾਂ ਤੇ ਅਸੀਂ ਯਾਦ ਕਰਕੇ ਉਹਨਾਂ ਤੇ ਪਰਮਾਨੈਂਟ ਵਰਕ ਕਰਦੇ ਰਹਿੰਦੇ ਹਾਂ ਇਸ ਕਰਕੇ ਉਹ ਸਾਨੂੰ ਜਿਸ ਤਰ੍ਹਾਂ ਡਾਕਟਰ ਕੋਈ ਚੀਜ਼ ਦਵਾਈ ਯਾਦ ਕਰਦੇ ਨੇ ਜਦ ਪ੍ਰੈਕਟੀਕਲ ਕਰਦੇ ਨੇ ਤੇ ਪ੍ਰੈਕਟਿਸ ਦੇ ਵਿੱਚ ਉਹਨਾਂ ਨੂੰ ਉਹ ਸੌਲਟ ਯਾਦ ਹੋ ਜਾਂਦੇ ਨੇ ਲੇਕਿਨ ਸਿੱਖ ਮਤ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਸਿਮਰਨ ਇੱਕ ਪਰਟੀਕੂਲਰ ਨਾਮ ਨੂੰ ਸਮਝ ਕੇ ਉਸ ਨੂੰ ਆਪਣੇ ਮਨ ਵਿੱਚ ਵਸਾ ਕੇ ਉਸ ਦਾ ਸਿਮਰਨ ਕਰਨਾ ਇਸ ਨੂੰ ਚੇਤੇ ਕਰਨਾ ਕਹਿੰਦੇ ਹੁਣ ਸਿਮਰਨ ਕਰਨਾ ਕਿਉਂ ਜ਼ਰੂਰੀ ਹੈ ਇਹ ਹਰ ਸਿੱਖ ਲਈ ਸਮਝਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਉਹ ਸਿਮਰਨ ਨਹੀਂ ਕਰੇਗਾ ਉਹਦਾ ਰਸ ਨਹੀਂ ਆਏਗਾ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ ਪੰਬਰ ਤੂੰ ਹਰੇ ਹਵਲਾ ਕਵਲਾ ਕੰਚਨ ਵਨ ਕਿਤ ਦੋਖੜੇ ਤੂੰ ਕਿਸ ਗੱਲ ਕਰਕੇ ਸੜਿਆ ਹੈ ਤੇਰੇ ਵਿੱਚ ਬਦਬੂ ਕਿਉਂ ਆਈ ਹੈ ਇੱਕ वार्तालाਪ ਹੈ ਤਲਾ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਗੁਰੂ ਨਾਨਕ ਸਾਹਿਬ ਇੱਕ ਤਲਾਹ ਦੀ ਵਾਰਤਾ ਲਾਪ ਨੂੰ ਬਾਣੀ ਚ ਦਰਦ ਕਰਦੇ ਨੇ ਪੱਬਰ ਕਹਿੰਦੇ ਨੇ ਜਿੱਥੇ ਕਮਲ ਦੇ ਫੁੱਲ ਖਿਲਦੇ ਹੋਣ ਜਿੱਥੇ ਬੋਤਾਂਤ ਹੋਣ ਉਸ ਸਰੋਵਰ ਨੂੰ ਉਸ ਤਲਾਹ ਨੂੰ ਪੱਬਰ ਕਿਹਾ ਜਾਂਦਾ ਹੈ ਤੇ ਉਸ ਦੇ ਖਿਲੇ ਹੋਏ ਸਾਰੇ ਵਾਰਤਾ ਵਾਤਾਵਰਨ ਨੂੰ ਖੁਸ਼ਬੂਦਾਰ ਵਾਤਾਵਰਨ ਨੂੰ ਬੜਾ ਖੂਬਸੂਰਤ ਵਾਤਾਵਰਨ ਨੂੰ ਉਹ ਕੁਝ ਮਹੀਨੇ ਪਹਿਲੇ ਦੇਖਦੇ ਹਨ ਤੇ ਵਾਪਸ ਜਦ ਉੱਥੇ ਆਂਦੇ ਨੇ ਤੇ ਦੇਖਦੇ ਨੇ ਕਿ ਹੁਣ ਉਹ ਖੱਬਰ ਜਿਹੜਾ ਹੈ ਉਹ ਸਰੋਵਰ ਜਿਹੜਾ ਹੈ ਉਹ ਤਲਾਹ ਜਿਹੜਾ ਹੈ ਉਹ ਬੜਾ ਬਦਬੂਦਾਰ ਹੋ ਗਿਆ ਹੈ ਉੱਥੇ ਵਾਤਾਵਰਨ ਹੁਣ ਕਮਲ ਦੇ ਫੁੱਲ ਨਹੀਂ ਹਨ ਤੇ ਇਹ ਸਵਾਰਤਾ ਲਪ ਨੂੰ ਗੁਰੂ ਪਾਤਸ਼ਾਹ ਦਰਜ ਕਰਦੇ ਉਸ ਸਰੋਵਰ ਤੂੰ ਸਵਾਲ ਕਰਦੇ ਨੇ ਕਿ ਮੈਂ ਤੈਨੂੰ ਕੁਛ ਸਿਰ ਪੈਰਲ ਦੇਖਿਆ ਸੀ ਤੇ ਤੂੰ ਬੜਾ ਹਰੀਆਵਲਾ ਸਹੀਂ ਬੜਾ ਖੁਸ਼ਬੂਦਾਰ ਸਹੀਂ ਤੇਰੇ ਤੇ ਕਮਲ ਦੇ ਫੁੱਲ ਸਣ ਅੱਜ ਨਹੀਂ ਹਨ ਸਰੋਵਰ ਜਵਾਬ ਦਿੰਦਾ ਹੈ ਕਿ ਹੇ ਸਤਿਗੁਰ ਜੀ ਉਸ ਟਾਈਮ ਮੇਰਾ ਸੰਬੰਧ ਮੇਰੇ ਸੋਮੇ ਦੇ ਨਾਲ ਸੀ ਸੋਮਾ ਮਤਲਬ ਪਿੱਛੂ ਕਿ ਉਹ ਚਰਨਾ ਪਹਾੜ ਤੋਂ ਆਂਦਾ ਹੋਵੇਗਾ ਉਸ ਦਾ ਪਾਣੀ ਉਹਦਾ ਆਂਦਾ ਸੀ ਤੇ ਉਹ ਪਾਣੀ ਰੋਟੇਟ ਹੁੰਦਾ ਸੀ ਪਾਣੀ ਦੀ ਰੋਟੇਸ਼ਨ ਕਰਕੇ ਉਸ ਦੇ ਅੰਦਰ ਹਰ ਟਾਈਮ ਖੁਸ਼ਬੂਦ ਰਹਿੰਦੀ ਸੀ ਹੁਣ ਉਹ ਚਰਨਾ ਵਗਣਾ ਆਣਾ ਸੋਮਾ ਟੁੱਟ ਗਿਆ ਜਿਸ ਕਾਰਨ ਹੁਣ ਪਾਣੀ ਚੇਂਜ ਨਹੀਂ ਹੋ ਰਿਹਾ ਜਿਸ ਕਰਕੇ ਗੰਦਗੀ ਆ ਰਹੀ ਹੈ ਇਸੇ ਤਰ੍ਹਾਂ ਸਿੱਖ ਨੇ ਨੇਤਾ ਪ੍ਰਤੀ ਆਪਣੇ ਮਨ ਦੀ ਸਫਾਈ ਕਰਨੀ ਹੈ ਕਿਉਂਕਿ ਮਨ ਦੇ ਅੰਦਰ ਮੈਲ ਜਮ ਜਾਂਦੀ ਹੈ ਜਦ ਅਸੀਂ ਸਮਾਜ ਵਿੱਚ ਜਾਂਦੇ ਹਾਂ ਬਹੁਤ ਸਾਰੀਆਂ ਚਮਕਦਾਰ ਚੀਜ਼ਾਂ ਦੇਖਦੇ ਹਾਂ ਬਹੁਤ ਸਾਰੀਆਂ ਗੰਦੀਆਂ ਗੱਲਾਂ ਨੂੰ ਸੁਣਦੇ ਹਾਂ ਬਹੁਤ ਸਾਰੀਆਂ ਭੈੜੀਆਂ ਵੱਲ ਧਿਆਨ ਜਾਂਦਾ ਹੈ ਕਿਸੇ ਦੇ ਧਨ ਵੱਲ ਧਿਆਨ ਦਿੰਦਾ ਹੈ ਕਿਸੇ ਦੀ ਖੂਬਸੂਰਤੀ ਵੱਲ ਧਿਆਨ ਜਾਂਦਾ ਹੈ ਕਿਸੇ ਦੇ ਜ਼ਮੀਨ ਵੱਲ ਧਿਆਨ ਜਾਂਦਾ ਹੈ ਕਿਸੇ ਦੀ ਸ਼ਕਤੀ ਵੱਲ ਧਿਆਨ ਜਾਂਦਾ ਹੈ ਹੁਣ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਹੋੜਨ ਲਈ ਸਾਡੇ ਕੋਲ ਇੱਕੋ ਇੱਕ ਸਾਧਨ ਹੈ ਗੁਰੂ ਦਾ ਦਿੱਤਾ ਹੋਇਆ ਵਾਹਿਗੁਰੂ ਸਿਮਰਨ ਸਤਨਾਮ ਦਾ ਸਿਮਰਨ ਇਸ ਸਿਮਰਨ ਨੂੰ ਕਰਾਂਗੇ ਤੇ ਸਾਨੂੰ ਹਰ ਟਾਈਮ ਚੇਤੇ ਰਹੇਗਾ ਅਸੀਂ ਉਸ ਅਕਾਲ ਪੁਰਖ ਦੇ ਉਸ ਵਾਹਿਗੁਰੂ ਦੇ ਬੰਦੇ ਹਾਂ ਜਿਹੜਾ ਉਹਨਾਂ ਦੇ ਵਿੱਚ ਵੀ ਹੈ ਜਿਨ੍ਹਾਂ ਦੇ ਕੋਲ ਧਨ ਹੈ ਜਾਂ ਜਿਨ੍ਹਾਂ ਕੋਲ ਉਹਨਾਂ ਦੀ ਜ਼ਮੀਨਾਂ ਹਨ ਖੂਬਸੂਰਤੀ ਹੈ ਜਾਂ ਤਾਕਤ ਹੈ ਉਹਨਾਂ ਤੋਂ ਅਸੀਂ ਖੋਣ ਹੀ ਨਹੀਂ ਹੈ ਕਿਉਂਕਿ ਉਹਨਾਂ ਨੇ ਆਪਣੀ ਕਮਾਈ ਤੋਂ ਇਸ ਨੂੰ ਆਪਣੀ ਮਿਹਨਤ ਤੋਂ ਪਾਇਆ ਹੈ ਇਹ ਰੱਬ ਦੀ ਦਿੱਤੀ ਹੋਈ ਦਾਤ ਤੋਂ ਪਾਇਆ ਹੈ ਅਸੀਂ ਉਸ ਨੂੰ ਜ਼ਬਰਦਸਤੀ ਕਿਸੇ ਤੋਂ ਨਹੀਂ ਲੈਣਾ ਹੈ ਅਸੀਂ ਆਪਣੀ ਚੀਜ਼ ਜਿਹੜੀ ਸਾਡੇ ਕੋਲ ਹੈ ਉਸੇ ਨੂੰ ਵਰਤਣਾ ਹੈ ਆਪਣੀ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਸਕਣਾ ਇਸ ਸੰਦਰਭ ਨੂੰ ਅਸੀਂ ਸਮਝਣਾ ਹੈ ਜਿਸ ਤਰ੍ਹਾਂ ਸਰੋਵਰ ਨੂੰ ਸੋਮੇ ਦੀ ਲੋੜ ਹੈ ਇਸੇ ਤਰ੍ਹਾਂ ਇੱਕ ਮਨੁੱਖ ਨੂੰ ਗੁਰੂ ਦੇ ਦਿੱਤੇ ਹੋਏ ਨਾਮ ਤੇ ਗੁਰਬਾਣੀ ਦੇ ਅਰਥਾਂ ਦੀ ਲੋੜ ਹੈ ਗੁਰਬਾਣੀ ਦੀ ਵਿਚਾਰ ਦੀ ਲੋੜ ਹੈ ਜਿੰਨਾ ਜ਼ਰੂਰੀ ਵਾਹਿਗੁਰੂ ਦਾ ਨਾਮ ਜਾਂ ਸਤਨਾਮ ਦਾ ਜਾਪ ਕਰਨਾ ਹੈ ਉਤਨਾ ਹੀ ਜ਼ਰੂਰੀ ਸਾਡੇ ਲਈ ਗੁਰਬਾਣੀ ਦਾ ਜਾਪ ਕਰਨਾ ਪੜਨਾ ਹੈ ਕਿਉਂਕਿ ਸਿਮਰਨ ਸਾਡੇ ਮਨ ਦੀ ਚੰਚਲਤਾ ਨੂੰ ਰੋਕਦਾ ਹੈ ਤੇ ਗੁਰਬਾਣੀ ਸਾਡੇ ਮਨ ਵਿੱਚ ਬਸੀ ਹੋਈ ਮੈਲ ਨੂੰ ਕੱਢ ਦਿੰਦਾ ਹੈ ਔਰ ਸਾਨੂੰ ਇੱਕ ਪਵਿੱਤਰ ਇਨਸਾਨ ਸੱਚਿਆਰਾ ਇਨਸਾਨ ਬਣਾਉਂਦਾ ਹੈ ਕਿਉਂਕਿ ਹਰ ਮਨੁੱਖ ਦਾ ਸੱਚਿਆਰਾ ਬਣਨਾ ਬੜਾ ਜ਼ਰੂਰੀ ਹੈ ਗੁਰਨਾਨਕ ਸਾਹਿਬ ਨੇ ਜਪੋ ਬਾਣੀ ਦੇ ਵਿੱਚ ਸਭ ਤੋਂ ਪਹਿਲੀ ਸ਼ਰਤ ਇਹੀ ਰੱਖੀ ਹੈ ਜਦ ਸਵਾਲ ਆਇਆ ਕਿਵ ਸਤਿਆਰਾ ਹੋਈਏ ਕਿਵ ਕੂੜੇ ਟਟੇ ਪਾਲ ਜਵਾਬ ਸੀ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਸਵਾਲ ਸਤਿਆਰੇ ਹੋਣ ਦਾ ਸੀ ਕਿਸ ਤਰ੍ਹਾਂ ਪਾਪ ਦੂਰ ਹੋਣ ਇਸ ਤੇ ਸੀ ਤੇ ਉਹਦਾ ਜਵਾਬ ਸੀ ਪ੍ਰਮਾਤਮਾ ਦੇ ਹੁਕਮ ਨੂੰ ਸਮਝੋ ਪ੍ਰਮਾਤਮਾ ਦਾ ਹੁਕਮ ਹੀ ਧਰਮ ਹੈ ਇਹ ਅਸੀਂ ਧਰਮ ਦੀ ਡੈਫੀਨੀਸ਼ਨ ਜਦ रिकॉर्डिंग ਕੀਤੀ ਉਸੇ ਵਿੱਚ ਦੱਸ ਚੁੱਕਿਆ ਹਾਂ ਤੇ ਧਰਮ ਨੂੰ ਸਮਝਾਣਾ ਔਰ ਜੀਣ ਵਾਸਤੇ ਸਿਮਰਨ ਦੀ ਲੋੜ ਹੈ ਸਿਮਰਨ ਦੀ ਲੋੜ ਹੈ ਕਿ ਆਪਣੇ ਮਨ ਨੂੰ ਪਾਪਾਂ ਤੋਂ ਬਚਾ ਸਕੀਏ ਸਿਮਰਨ ਦੀ ਲੋੜ ਹੈ ਕਿ ਸਾਡਾ ਧਿਆਨ ਟਿਕ ਸਕੇ ਸਿਮਰਨ ਦੀ ਲੋੜ ਹੈ ਕਿ ਅਸੀਂ ਨਿਤਾਪਰਤੀ ਆਪਣੇ ਅੰਦਰ ਦੀ ਮੈਲ ਦਾ ਧੋ ਕੇ ਇਸ਼ਨਾਨ ਕਰ ਸਕੀਏ ਕਿਉਂਕਿ ਜਗ ਬਾਣੀ ਇਸ ਦਾ ਸੰਕੇਤ ਇਸ ਦਾ ਉਪਦੇਸ਼ ਇਸ ਤਰ੍ਹਾਂ ਦਿੰਦੀ ਹੈ ਪਰ ਇਹ ਹੱਥ ਪੈਰ ਧੁੰਦੇ ਪਾਣੀ ਧੋਤੇ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਸਾਬਣ ਲੈ ਕੇ ਜਿਸ ਤਰ੍ਹਾਂ ਕੱਪੜਾ ਧੁੰਦੇ ਹਾਂ ਹੁਣ ਧਿਆਨ ਦੇਣ ਵਾਲੀ ਗੱਲ ਹੈ ਇੱਥੇ ਬੜਾ ਖੂਬਸੂਰਤ ਪ੍ਰਮਾਣ ਸਤਗੁਰੂ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਪਰ ਇਹ ਹੱਥ ਪੈਰ ਧੁੰਦੇ ਅਸੀਂ ਰੋਜ਼ ਸਵੇਰੇ ਨਹਾਨੇ ਹਾਂ ਲੇਕਿਨ ਰੋਜ਼ ਸਾਡਾ ਸਰੀਰ ਸਵੇਰ ਨੂੰ ਫਿਰ ਬਦਬੂ ਦਿੰਦਾ ਹੈ ਪਸੀਨੇ ਦੀ ਬਦਬੂ ਹੁੰਦੀ ਹੈ ਬਾਰ ਜਾਣਿਆ ਮਿੱਟੀ ਕੱਟਾ ਪੈਂਦਾ ਹੈ ਸਾਨੂੰ ਹੋਰ ਕਿਸੇ ਦੇ ਸੰਪਰਕ ਕੀ ਚਾਇਆ ਉਸ ਦੀ ਬਦਬੂ ਵੀ ਆ ਸਕਦੀ ਹੈ ਤੇ ਇਸ ਸਰੀਰ ਨੂੰ ਫਿਰ ਅਸੀਂ ਜਲਨਾਹੀ ਸਾਬਣ ਰਾਹੀ ਵਾਸ਼ਿੰਗ ਪਾਊਡਰ ਰਾਹੀ ਜਾਂ ਸ਼ੈਂਪੂ ਰਾਹੀ ਅਸੀਂ ਧੋਂਦੇ ਹਾਂ ਕੇਸ ਵੀ ਧੋਂਦੇ ਹਾਂ ਇਸੇ ਤਰ੍ਹਾਂ ਕੱਪੜੇ ਅਸੀਂ ਰੋਜ਼ ਸਾਫ਼ ਔਰ ਪ੍ਰੈਸ ਕੀਤੇ ਪਾ ਕੇ ਜਾਂਦੇ ਹਾਂ ਲੇਕਿਨ ਉਹ ਕੱਪੜੇ ਅਸੀਂ ਦੂਸਰੇ ਦਿਨ ਬਦਲਦੇ ਹਾਂ ਹੁਣ ਕੱਪੜੇ ਤੇ ਅਸੀਂ ਮਿੱਟੀ ਚ ਰੱਖੇ ਨਹੀਂ ਸਿਨ ਸਰੀਰ ਤੇ ਟੰਗੇ ਸਨ ਸ਼ਰੀਰ ਤੇ ਪਾਣ ਤੋਂ ਬਾਅਦ ਵੀ ਉਹ ਮੈਲੇ ਕਿਉਂ ਹੋਏ ਕਿਉਂਕਿ ਪਸੀਨਾ ਆਇਆ ਕਿਉਂਕਿ ਬਾਹਰ ਮਿੱਟੀ ਕੱਟਾ ਪਿਆ ਕਿਉਂਕਿ ਇਸ ਕੱਪੜੇ ਦੇ ਵਿੱਚ ਸਾਡੇ ਅਨੇਕ ਕਿਸਮ ਦੇ ਜਿਹੜੇ ਹਨ ਹਵਾਵਾਂ ਰਾਹੀਂ ਬੜੇ ਕਣ ਪਏ ਹਨ ਜਿਸ ਦੇ ਨਾਲ ਕੱਪੜੇ ਗੰਦੇ ਹੋਏ ਹਨ ਹੁਣ ਪਹਿਲੀ ਗੱਲ ਇਹ ਆ ਜਾਏਗੀ ਕਿ ਇਸ ਨੂੰ ਪਾਣੀ ਚ ਪਾ ਕੇ ਅਸੀਂ ਖਲੇਰ ਸਕਦੇ ਹਾਂ ਲੇਕਿਨ ਸਤਗੁਰ ਪਾਤਸ਼ਾਹ ਕਹਿੰਦੇ ਨੇ ਪਾਣੀ ਵਿੱਚ ਪਾ ਕੇ ਕੱਪੜੇ ਨੂੰ ਖਲੇਰ ਦੇਣ ਦੇ ਨਾਲ ਸੁਕਣੇ ਪਾੜ ਦੇਣ ਦੇ ਨਾਲ ਵੀ ਇਹਦੀ ਬਦਬੂ ਨਹੀਂ ਜਾਏਗੀ ਅਸੀਂ ਫਿਰ ਇਹਨੂੰ ਵਾਸ਼ਿੰਗ ਮਸ਼ੀਨ ਵਿੱਚ ਪਾਉਂਦੇ ਹਾਂ ਸਰਪ ਪਾਉਂਦੇ ਹਾਂ ਜਾਂ ਹੱਥ ਦੇ ਨਾਲ ਧੋਂਦੇ ਹਾਂ ਤੇ ਸਾਬਣ ਦੇ ਨਾਲ ਇਸ ਨੂੰ ਰਗੜਦੇ ਹਾਂ ਫਿਰ ਥਾਪੀ ਲੈ ਕੇ ਪੁਰਾਣੇ ਸਮੇਂ ਕਟਿਆ ਜਾਂਦਾ ਸੀ ਅੱਜ ਕੱਲ ਮਸ਼ੀਨ ਵਿੱਚ ਪਾਉਂਦੇ ਹਾਂ ਤੇ ਇੱਕ ਘੰਟਾ ਘਟੂ ਘਟ ਮਸ਼ੀਨ ਉਸ ਦੀ ਸਰਵਿਸ ਕਰਦੀ ਹੈ ਤਦ ਕਪੜੇ ਦੀ ਮਹਿਲ ਜਾਂਦੀ ਹੈ ਤੇ ਫਿਰ ਉਸ ਨੂੰ ਧੁੱਪ ਵਿੱਚ ਜਾਂ ਮਸ਼ੀਨ ਵਿੱਚ ਪਾ ਕੇ ਸੁਕਾਂਦੇ ਹਾਂ ਇਸੇ ਤਰ੍ਹਾਂ ਮਨ ਨੂੰ ਬਾਹਰ ਤੋਂ ਬਹੁਤ ਸਾਰੀਆਂ ਗੰਦਗੀਆਂ ਮਿਲਦੀਆਂ ਹਨ ਬੜੇ ਭੈੜੇ ਵਿਚਾਰਾਂ ਦੇ ਲੋਕ ਮਿਲਦੇ ਹਨ ਕੋਈ ਲੋਭੀ ਮਨੋਂ ਖਾ ਕੇ ਮਿਲਦਾ ਹੈ ਕੋਈ ਕਾਮੀ ਮਨੋਂ ਖਾ ਕੇ ਮਿਲਦਾ ਹੈ ਲੋਕਾਂ ਦੇ ਭੈੜੇ ਬੋਲ ਸੁਣਦੇ ਹਾਂ ਲਾਲਚ ਸੁਣਦੇ ਹਾਂ ਕਿਸੇ ਦੇ ਮਨ ਤੋਂ ਈਰਖਾ ਸੁਣਦੇ ਹਾਂ ਕਿਸੇ ਦੇ ਮਨ ਤੋਂ ਦੁਸ਼ਤ ਸੁਣਦੇ ਹਾਂ ਕਿਸੇ ਦੇ ਮਨ ਤੋਂ ਅਸੀਂ ਬਹੁਤ ਸਾਰੀਆਂ ਭੈੜੀਆਂ ਚੀਜ਼ਾਂ ਅਸੀਂ ਸੁਣਦੇ ਹਾਂ ਤੇ ਉਹ ਬਾਰ-ਬਾਰ ਸੁਣਨ ਕਰਕੇ ਸਾਡੇ ਅੰਦਰ ਉਹ ਕਈ ਵਾਰੀ ਘਰ ਘਰ ਜਾਂਦੀਆਂ ਹਨ ਕਲੈਕਟ ਹੋ ਜਾਂਦੀਆਂ ਹਨ ਬੁਰਾਈਆਂ ਗੰਦੀ ਵਿਚਾਰ ਤੇ ਉਹ ਕਈ ਵਾਰੀ ਅਸੀਂ ਉਸ ਦਾ ਇੰਪੈਕਟ ਆਪਣੇ ਅੰਦਰ ਆਪਣੇ ਅੰਦਰ ਉਸ ਦਾ ਅਸਰ ਮਹਿਸੂਸ ਕਰਦੇ ਹਾਂ ਤੇ ਉਹ ਰਿਐਕਟ ਕਰਦੇ ਆ ਅਸੀਂ ਤੇ ਜਦ ਅਸੀਂ ਸਵੇਰੇ ਸਿਮਰਨ ਕਰਦੇ ਹਾਂ ਗੁਰਬਾਣੀ ਅਰਥਾਂ ਦੇ ਨਾਲ ਪੜ੍ਹਦੇ ਹਾਂ ਔਰ ਅਰਥਾਂ ਨੂੰ ਸਮਝ ਕੇ ਦਿਨੇ ਜੀਂਦੇ ਹਾਂ ਤੇ ਉਹਨਾਂ ਬੁਰਾਈਆਂ ਦਾ ਅਸਰ ਫਿਰ ਦੂਸਰੇ ਦਿਨ ਸਾਡੇ ਤੇ ਨਹੀਂ ਹੁੰਦਾ ਤੇ ਪਿਛਲੇ ਦਿਨ ਦੀ ਬੁਰਾਈ ਸਾਡੀ ਅੱਜ ਧੋਤੀ ਜਾਂਦੀ ਹੈ ਅਗਲੇ ਦਿਨ ਫਿਰ ਜੀਣ ਦਾ ਢੰਗ ਸਚਿਆਰਾ ਸਾਡੇ ਕੋਲ ਆ ਜਾਂਦਾ ਹੈ ਸਚਿਆਰੀ ਜੀਣ ਵਾਸਤੇ ਸਿਮਰਨ ਅਤੇ ਗੁਰਬਾਣੀ ਦੀ ਅਤੀ ਜ਼ਰੂਰਤ ਹੈ ਕਈ ਲੋਕ ਇਹ ਕਹਿੰਦੇ ਨੇ ਗੁਰਬਾਣੀ ਪੜਨ ਨਾਲ ਪਾਪ ਹੋ ਜਾਏਗਾ ਪਿਆਰਿਓ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਬਾਣੀ ਨਾ ਪੜਨਾ ਪਾਪ ਹੈ ਬਾਣੀ ਅਸੀਂ ਗਲਤ ਪੜਾਂਗੇ ਉਹਦਾ ਸੁਧਾਈ ਹੋ ਜਾਏਗੀ ਅਸੀਂ ਸੰਗਤ 'ਚ ਪੜਾਂਗੇ ਸੰਗਤ ਸੁਧਾਰ ਦੇਗੀ ਵਿਦਵਾਨ ਕੋਲ ਜਾ ਕੇ ਸਿੱਖਾਂਗੇ ਉੱਥੇ ਸੁਧਾਰ ਹੋ ਜਾਏਗਾ ਕਈ ਵਾਰੀ ਬੱਚਾ ਤੋਂ ਉਤਲੀ ਬੋਲੀ ਬੋਲਦਾ ਹੈ ਉਹ ਪੂਰੀ ਬੋਲੀ ਨਹੀਂ ਬੋਲ ਸਕਦਾ ਅਸੀਂ ਵੀ ਕਈ ਵਾਰੀ ਲਫਾਫੇ ਨੂੰ ਫਲਾਫਾ ਬੋਲਦੇ ਸੀ ਲੇਕਿਨ ਜਦ ਪੜਨ ਲੱਗ ਪਏ ਉਹਦੇ ਅਰਥ ਸਮਝ ਵਏ ਤੇ ਸਾਨੂੰ ਵੀ ਪਤਾ ਲੱਗਿਆ ਲਫਾਫਾ ਹੁੰਦਾ ਹੈ ਫਲਾਫਾ ਨਹੀਂ ਹੁੰਦਾ ਹੈ ਲੇਕਿਨ ਬੱਚੇ ਨੂੰ ਰੋਟੀ ਨੂੰ ਚੋਚੀ ਵੀ ਬੋਲਦਾ ਹੈ ਲੇਕਿਨ ਉਹ ਰੋਟੀ ਹੁੰਦੀ ਹੈ ਚੋਚੀ ਮਾਂ ਨੂੰ ਪਤਾ ਲੱਗ ਜਾਂਦਾ ਇਹ ਚੋਚੀ ਬੋਲ ਰਿਹਾ ਹੈ ਇਸੇ ਤਰ੍ਹਾਂ ਰੱਬ ਨੂੰ ਪਤਾ ਹੈ ਕਿ ਅਸੀਂ ਗਲਤੀ ਕਰ ਰਹੇ ਹਾਂ ਤੇ ਸਾਡੇ ਅੰਦਰ ਦੀ ਭਾਵਨਾ ਕੀ ਹੈ ਜਦ ਅਸੀਂ ਸੱਚੀ ਭਾਵਨਾ ਦੇ ਨਾਲ ਜਪਦੇ ਹਾਂ ਤੇ ਉਹਦੀ ਸੁਧਾਰ ਵੀ ਰੱਬ ਜੀ ਅੰਦਰੋਂ ਗਿਆਨ ਦੇ ਕੇ ਕਰਾਉਂਦੇ ਹਨ ਤੇ ਸੁਧਾਰ ਲਈ ਸਾਨੂੰ ਬਾਰ-ਬਾਰ ਬਾਣੀ ਪੜ੍ਹਨੀ ਬਾਰ-ਬਾਰ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਗਿਣਤੀ ਨੂੰ ਯਾਦ ਕਰਨ ਵਾਸਤੇ ਅਸੀਂ ਬੱਚਿਆਂ ਨੂੰ ਅਸੀਂ ਬਾਰ-ਬਾਰ ਕਹਿੰਦੇ ਹਾਂ ਗਿਣਤੀ ਯਾਦ ਕਰੋ ਲੇਕਿਨ ਗਿਣਤੀ ਅਸੀਂ 100 ਤੱਕ 100 ਤੱਕ ਹੀ ਯਾਦ ਕਰਾਉਂਦੇ ਹਾਂ 1 ਤੋਂ ਲੈ ਕੇ 100 ਤੱਕ 1 ਤੋਂ ਲੈ ਕੇ 100 ਤੱਕ ਇਸੇ ਤਰ੍ਹਾਂ ਪਹਾੜੇ 20 ਤੱਕ ਹੀ ਯਾਦ ਕਰਾਉਂਦੇ ਆ ਬਾਕੀ ਫਿਰ ਉਸ ਬੱਚੇ ਨੇ ਉਹਦੇ 20 ਉਸ ਤੇ ਸਮਝ ਤੋਂ ਬਾਅਦ ਉਹ ਅੱਗੇ ਵਧਾ ਲੈਂਦਾ ਹੈ। ਅਤੇ ਅੱਗੇ ਮੈਥਮੈਟਿਕਸ ਵਿੱਚ ਗਿਣਤੀ ਜਿਹੜੀ ਕਾਊਂਟਿੰਗ ਹੈ ਤੇ ਜਿਹੜਾ ਪਹਾੜਾ ਹੈ ਟੇਬਲ ਹਨ ਇਹ ਜਿਹੜੇ ਨੇ ਉਹ ਬੱਚਾ ਯਾਦ ਕਰਨ ਤੋਂ ਬਾਅਦ ਹੀ ਅੱਗੇ ਮੈਥਮੈਟਿਕਸ ਵਿੱਚ ਕੰਮ ਕਰ ਸਕਦਾ ਹੈ। ਸੇਮ ਤੋਂ ਮੈਥਮੈਟਿਕਸ ਜਿਹੜਾ ਹੈ ਉਹ ਜੀਵਨ ਦੇ ਵਿੱਚ ਜੀਵਨ ਦੀ ਪਰਿਭਾਸ਼ਾ ਨੂੰ ਸਮਝਣ ਵਾਸਤੇ ਮੈਥਮੈਟਿਕਸ ਜਿਹੜਾ ਹੈ ਗੁਰੂ ਪਾਤਸ਼ਾਹ ਨੇ ਸਾਡੇ ਨਾਲ ਜੋੜਿਆ ਹੈ। ਇਸੇ ਕਰਕੇ ਇੱਕ ਓੰਕਾਰੀ ਵਿੱਚ ਏਕ ਦਾ ਵਨ ਲਗਾਇਆ ਹੈ ਏਕ ਲ ਆਇਆ ਹੈ ਨਹੀਂ ਤੇ ਈਡੀ ਨੂੰ ਸਿਆਰੀ ਦੇ ਕੇ ਅਦਕ ਦੇ ਕੇ ਕ ਕ ਲਿਖਿਆ ਜਾ ਸਕਦਾ ਸੀ ਲੇਕਿਨ ਅਖਰਾਂ ਵਿੱਚ ਨਹੀਂ ਲਿਖਿਆ ਉਹਨਾਂ ਨੇ ਏਕ ਹਾਲਾਤ ਆ ਕਿ ਰੱਬ ਦੀ ਪਰਿਭਾਸ਼ਾ ਬਦਲੀ ਨਾ ਜਾਏ ਰੱਬ ਇਕ ਹੈ ਉਹ Hindu ਵੀਰਾਂ ਦਾ ਵੀ ਉਹੀ ਹੈ ਮੁਸਲਮਾਨ ਵੀਰਾਂ ਦਾ ਵੀ ਉਹੀ ਹੈ ਕ੍ਰਿਸਚਨ ਵੀਰਾਂ ਦਾ ਵੀ ਉਹੀ ਹੈ ਰੱਬ ਨਹੀਂ ਬਦਲਦਾ ਸਾਡੀ ਵਿਚਾਰ ਬਦਲਦੀ ਹੈ ਸਾਡੇ ਸੋਚ ਦੇ ਨਾਲ ਮਨ ਦੇ ਵਿੱਚ ਉਸ ਦਾ ਨਾਮ ਬਦਲ ਜਾਂਦਾ ਹੈ ਤੇ ਇਸੇ ਕਰਕੇ ਵਾਹਿਗੁਰੂ ਸ਼ਬਦ ਗੁਰਸਿੱਖਾਂ ਲਈ ਗੁਰੂ ਸਾਹਿਬਾਨ ਦੇ ਸਮੇਂ ਤੋਂ ਜਾਂ ਗੁਰਸਿੱਖਾਂ ਦੇ ਸਮੇਂ ਤੋਂ ਪਕਾਇਦਾ ਪੱਕਾ ਕੀਤਾ ਖੰਡੇ ਬਾਟੇ ਦੀ ਪਹਲ ਤੋਂ ਬਾਅਦ ਕਿਉਂਕਿ ਵਾਹ ਸ਼ਬਦ ਅਰਬੀ ਦਾ ਹੈ ਗੁਰੂ ਸ਼ਬਦ ਸੰਸਕ੍ਰਿਤ ਦਾ ਹੈ ਜਿਸ ਗੁਰੂ ਦੇ ਗਿਆਨ ਰਾਹੀਂ ਅਸੀਂ ਪ੍ਰਮਾਤਮਾ ਦੇ ਸਰਵ ਵਿਆਪਕ ਯੂਨੀਵਰਸਲ ਸਿਸਟਮ ਨੂੰ ਸਮਝਣਾ ਹੈ ਉਸ ਦੇ ਬਾਰੇ ਵਾਹ ਗਾਉਣਾ ਹੈ ਵਾਹ ਵਿਸਮਾਦੀ ਸ਼ਬਦ ਹੈ ਗੁਰੂ ਅਗਿਆਨਤਾ ਦੇ ਅੰਧੇਰੇ ਨੂੰ ਦੂਰ ਕਰਨ ਵਾਲਾ ਹੈ ਅਗਿਆਨਤਾ ਨੂੰ ਖਾ ਜਾਣ ਵਾਲਾ ਹੈ ਇਸ ਕਰਕੇ ਸਿੱਖ ਨੇ ਪਰਮਾਨੈਂਟ ਵਾਹ ਗੁਰੂ ਸ਼ਬਦ ਆਪਣੇ ਜੀਵਨ ਵਿੱਚ ਪੱਕਿਆ ਕੀਤਾ ਤੇ ਗੁਰੂ ਤੋਂ ਉਸ ਗੁਰਮੰਤਰ ਨੂੰ ਪ੍ਰਾਪਤ ਕੀਤਾ ਇਸ ਕਰਕੇ ਵਾਹਿਗੁਰੂ ਸਿਮਰਨ ਕਰਨਾ ਜਾਂ ਸਤਨਾਮ ਸਿਮਰਨ ਕਰਨਾ ਸਿੱਖ ਲਈ ਬੜਾ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ